चाचन वा खा तो बस फिक्र नहीं करनी, बस मेरे होंगे तो मेरे होंगे फिक्र करके बस लोहड़ी नहीं पैंती हैगी यार। माड़ी मोटी इज्जत है यार, आया मैं चाचन वाखा धारने से बहुत फिक्र नहीं करनी। चलिए बाहर गेड़ा गुड़ा मार के आइए, देखिए पिंड का की माहौल है। आप मैं सर ही लाता यार है यार शीशे ना हूँ इतना बढ़िया मौका बनना जाता मेरा जमा सरा लगी पी है लै हूँ मुड़ो। ओहो मैं चलिए ना गप्पियां को झाकदा देख के मैं हूँ चलिए ना गप्पियां को गल्लां करते ने ये ना तो यह जाते ने धरने से है बस कल गल्लां लिया हुए है वो तो मेरा चाची है बचा जो बैठा है सुनते हैं गल्लां इन्हें दो ट्रालियां भर के लग गया ना। हां हां गए खासे बंदे अपने पिंड वाले सिरा लाई जांदे उत्थे बहुत तगड़ा काम करे जमा सिरा ला रहे ते सरकार भी मतलब पूरी झुकी हुई है हुण तां नेमे होया कुछ ना कुछ अगे नाल हां हां पूरा फर्क पै जावा आ देखो ना 8 तरीक नूं मेरा सरकारी आ गल हां लग सकदे सी 8 तरीक हां हां तैयार होके बैठा धरने ते बग जो मैं आपदे काम आना कोई धरने ते भी जावांगे जाओगे जां कदों जाओगे हुण बस आ देख हुण कदों जाओगे जिन्हों भी राह च मिलदा वा जावांगे जावांगे भी बग जो हुण जावांगे कल नूं देखदे आ हां हां वो तो मेरा चाची जिहड़ा बेचारा उत्थे बैठा समझाओ भाई मैं तेनू कहता भी तू मेन सिरी रखा तू बेफिक्र होके रह बार बेफिक्र होके धरना है जित के आना नहीं आना पिंड तू हां जित के आउन के सारे जित के गल कर क्यों बाबा गल सही है ठीक है जमा ठीक है गल मुंडे छुंडे दा काम आ जाना था हां जुर किने बैठे अपने उथे सारी उथे ही जाई जांदे ओ तो मेरा चाची है हां ए दा गल है के भाई तेरा अच्छा तगड़ा बंदा बन गया चल ठीक है फिर चल ठीक है फिर हां जाऊंगा फिर मैं परसों दे दूंगा काम काम करना का ओ देखदा मैं तू छोड़ी परसों नहीं आंदी बड़े काम वधिया यार होर Thank you.
ਆ ਵਿਹਲੇ ਆਪਾਂ ਪਰੋਲ ਜੀ ਹਲਾ ਦੇ ਤੂੜੀ ਜੀ ਹਨਾ ਓਏ ਸੁੱਕ ਵਾਸਤੇ ਵਧੀਆ ਕੰਮ ਆਊਗੀ ਇਹ ਹੈਂ ਗਿੱਲੀ ਹੋਈ ਆ ਹਵਾ ਲੱਗੀ ਨੂੰ ਹੋਰ ਯਾਰ ਐਵੇਂ ਚਾਚਾ ਵੀ ਆਪਣਾ ਮਨ ਜੋ ਪੂਰਾ ਆਖੂ ਯਾਰ ਸਰਾ ਲੱਗੀ ਪੀਆ ਜਾਵਾਂ ਹਨਾ ਚਾਚਾ ਹੋਏ ਮੇਰੇ ਚਾਚੇ ਵਰਗਾ ਹੈਂ ਉਹ ਕਿਵੇਂ ਆ ਸਿੰਦਿਆ ਉਹ ਵਧੀਆ ਵਧੀਆ ਹਾਂ ਹੋਰ ਫਿਰ ਆ ਠੀਕ ਆ ਬਣਾਈ ਆ ਨਾ ਪਲੋਂ ਹੈ ਹਾਂ ਹਾਂ ਮਹਾ ਚੱਲ ਕਰਾ ਜੇ ਵਿਹਲੇ ਸੀ ਅੱਜ ਯਾਰੇ ਸੁੱਕ ਬਣਾਉਣਾ ਹੈ ਹਾਂ ਹਾਂ ਉਹ ਵਿਹਲਾ ਫਿਰਦਾ ਵਗ ਜਾ ਕਰੋ ਧਰਨੇ ਤੇ ਉੱਥੇ ਉਹ ਧਰਨੇ ਮੇਰੇ ਚਾਚੇ ਨੂੰ ਪੁੱਛਿਆ ਹੋਇਆ ਤਾਂ ਕਿੰਨੇ ਦਿਨ ਦਾ ਉੱਥੇ ਬੈਠਾ ਉਹ ਧਰਨੇ ਤੋਂ ਆਇਆ ਮੈਂ ਪਰਸੋਂ ਗਿਆ ਸੀ ਅੱਜ ਆ ਗਿਆ ਅੱਛਾ ਹਾਂ ਫੇਰ ਤਾਂ ਠੀਕ ਹੈ ਫੇਰ ਤਾਂ ਸਿਆਣੀ ਗੱਲ ਹੈ ਤੇਰਾ ਕਿਹੜਾ ਚਾਚਾ ਬੈਠਾ ਉੱਥੇ ਹੈ ਕਿਹੜਾ ਚਾਚਾ ਮੇਰਾ ਉੱਥੇ ਚਾਚਾ ਹਾਂ ਉਹੀ ਭੁੱਲ ਰਿਹਾ ਯਾਰ ਉਹ ਤੇ ਮੈਂ ਤਾਂ ਇਕੱਠੇ ਆਏ ਦੋਨੇ ਅਸੀਂ ਰਾਤ ਹੀ ਆਇਆ ਟ੍ਰੇਨ ਤੇ ਕੋਈ ਹੋਰ ਆਇਆ ਹੋਊਗਾ ਕੋਈ ਹੋਰ ਆ ਭੁੱਲ ਰਾ ਮੈਨੂੰ ਪਤਾ ਹੈ ਕਿਉਂ ਚੌੜ ਕਰੀ ਜਾਂਦਾ ਯਾਰ ਤੂੰ ਚੌੜ ਨਹੀਂ ਉਹ ਮੇਰੇ ਨਾਲ ਆਇਆ ਮੈਨੂੰ ਤਾਂ ਕੰਮ ਸੀਗਾ ਘਰੇ ਤੇ ਉਹ ਕਹਿੰਦਾ ਮੈਂ ਵੀ ਚੱਲਦਾ ਹੁਣ ਕੀ ਹੋ ਗਿਆ ਬਹਿ ਗਿਆ ਬਸ ਯਾਰ ਮੈਂ ਸਾਰੇ ਪਿੰਡ ਤੇ ਉਹਨੂੰ ਸਰਾਉਂਦਾ ਫਿਰਦਾ ਸੀ ਕਿਵੇਂ ਵੀ ਮੇਰਾ ਚਾਚਾ ਦੇਖੋ ਧਰਨੇ ਤੇ ਬੈਠਾ ਤੁਸੀਂ ਵੀ ਜਾਓ ਸਾਰੇ ਨਾ ਉਹ ਕੀ ਕਰਨਾ ਹੈ ਹੁਣ ਇੱਥੇ ਮੈਨੂੰ ਤਾਂ ਪਤਾ ਨਹੀਂ ਮੈਂ ਆਉਂਦਾ ਸੀਗਾ ਮੈਨੂੰ ਕਹਾ ਪਿੰਡ ਚੱਲਦਾ ਮੈਂ ਹਾਂ ਕਹਿੰਦਾ ਮੈਂ ਵੀ ਚੱਲੂ ਮੈਂ ਚੱਲ ਵੜ ਭਾਈ ਕੋਈ ਨਾ ਉਹਨੂੰ ਆਉਂਦੇ ਖੇਤ ਲੱਗਦਾ ਹੁਣ ਛਿੰਦਿਆ ਆਪਾਂ ਨੂੰ ਸਾਈਕਲ ਚੱਕਣਾ ਪਊਗਾ ਖਾਨ ਦਿੱਲੀ ਜਾਣਾ ਪਊ ਸਾਈਕਲ ਲੈ ਕੇ ਕੂਚ ਕਰਨਾ ਪਊ ਆਪਾਂ ਨੂੰ ਚੱਲ ਠੀਕ ਹੈ ਮੈਂ ਤਾਂ ਆਪ ਖੇਤ ਗੇੜਾ ਮਾਰ ਕੇ ਠੀਕ ਹੈ ਠੀਕ ਹੈ ਕਰ ਤੂੰ ਕੰਮ ਪੱਟੀ ਮਿਸ ਕਰਤੀ ਉਹਨੇ ਤੇ ਮੇਰੀ ਉਨੀ ਯਾਰ ਕੰਮ ਕੰਮ ਕਰਨ ਕੀ ਕਰਦਾ ਯਾਰ ਮੈਂ ਕੋਈ ਜੱਫੀ ਨੀ ਪਾਉਣੀ ਨਾਲੇ ਕਿਉਂ ਕੀ ਹੋ ਗਿਆ ਕਣਕ ਦਾ ਜਮਾ ਬਣ ਗਈ ਯੂਰੀਆ ਜਾ ਰਹੀ ਆ ਪਾਤੀ ਪਾਣੀ ਪੂਣੀ ਲਾਤਾ ਹੈ ਰੰਗ ਲੱਗ ਗਏ ਮੈਂ ਬੰਦਾ ਨੀ ਗਾ ਮੈਂ ਕਾਹਨੂੰ ਕਦੇ ਖੇਤੀ ਕੀਤੀ ਹੈ ਹੈਂ ਕਾਹਨੂੰ ਕਹਿੰਦਾ ਮੈਂ ਸਿਰੀ ਪਾਲੀ ਰਲਿਆ ਓਏ ਉਹ ਤਾਂ ਠੀਕ ਆ ਤੇ ਪਹਿਲਾਂ ਤੂੰ ਮੈਨੂੰ ਆ ਮੈਨੂੰ ਕੱਲੀ ਆ ਗੱਲ ਦਾ ਜਵਾਬ ਦੇ ਦੇ ਤੂੰ ਕਰਨ ਕੀ ਆਇਆ ਇੱਥੇ ਹੁਣ ਓਏ ਮੈਂ ਤਾਂ ਤੈਨੂੰ ਪਤਾ ਤਾਂ ਹੈ ਵੀ ਜਿਹੜੇ ਖੇਤ ਨਾਲ ਮੋਹ ਖਿੱਚ ਲਿਆਉਂਦਾ ਓਏ ਖਿੱਚ ਲਿਆਉਂਦਾ ਮੋਹ ਚੱਲ ਉਹ ਤੇਰੀ ਗੱਲ ਮੰਨਦਾ ਮੈਂ ਜੇ ਮੋਦੀ ਨੇ ਸਾਰੇ ਖੇਤ ਖੋਲੇ ਤੇ ਫੇਰ ਤੇਰਾ ਮੋਹ ਕਿੱਧਰ ਜਾਊ ਉਹ ਤਾਂ ਗੱਲ ਤੇਰੀ ਠੀਕ ਹੈ ਫੇਰ ਕਿਹਨੂੰ ਮੋਹ ਕਰੇਗਾ ਤੂੰ ਓਏ ਮੈਨੂੰ ਐਸੀ ਗੱਲ ਗੇੜਾ ਮਾਰੇ ਜੀ ਮੈਂ ਤਾਂ ਸਾਰੇ ਪਿੰਡ ਦੇ ਤੈਨੂੰ ਸੌਂਦਾ ਫਿਰਦਾ ਵੀ ਮੇਰਾ ਚਾਚਾ ਦੇਖੋ ਇੱਕ ਠੋਕਦਾ ਫਿਰਦਾ ਹੀ ਸਾਰੇ ਪਿੰਡ ਚ ਮੈਂ ਪਿੰਡ ਚ ਵੀ ਵੇਖਿਆ ਤੂੰ ਉਹ ਤਾਂਜੋ ਮੈਨੂੰ ਓਏ ਤਾਂਜੋ ਉਂਗਲਾਂ ਜਾਂ ਕਰੀ ਜਾਂਦੇ ਚੱਕੀ ਕੋਲੇ ਉਹ ਕਹਿੰਦੇ ਹੋ ਆਉਂਦਾ ਉਹਦਾ ਚਾਚਾ ਹੋ ਆਉਂਦਾ ਮੈਨੂੰ ਕੀ ਪਤਾ ਚ ਕੀ ਲੁਆਖੀ ਜਾਂਦਾ ਮੈਂ ਤਾਂ ਇਹ ਤਾਂ ਤੂੰ ਮੈਨੂੰ ਐਂ ਦੱਸ ਹੁਣ ਤੂੰ ਮੈਨੂੰ ਸਿਰੀ ਰੱਖਿਆ ਹੈ ਠੀਕ ਹੈ ਤੇ ਮੇਰਾ ਫਰਜ਼ ਬਣਦਾ ਨਹੀਂ ਗਾ ਮੈਨੂੰ ਬੋਲਦਾ ਮੈਂ ਜਾਇਆ ਕਹਿੰਦਾ ਬਸ ਕੱਲ ਗਿਆ ਸੀ ਅੱਜ ਆ ਗਿਆ ਮੈਂ ਤੇ ਪੁੱਛਣਾ ਮੈਂ ਸਹੁਰੀ ਗਿਆ ਸੀ ਉਹ ਮੇਰੇ ਨਾਲ ਹੀ ਆਇਆ ਘੱਟ ਤੋਂ ਘੱਟ 10-15 ਦਿਨ ਲਾ ਕੇ ਤਾਂ ਉਹ ਉਹਨੇ ਤਾਂ ਰਾਤ ਬਹਿ ਕੇ ਇਕੱਠੀ ਯਾਰ ਨੀਂਦ ਨੀ ਆਈ ਉਹਦਾ ਤੇ ਮੈਂ ਕਿਹਾ ਅਸੀਂ 20-20 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ ਯਾਰ ਜਮਾਂ ਨਜ਼ਾਰਾ ਉੱਥੇ ਉਹਦਾ ਦੂਜੇ ਦਿਨ ਮੁੜਿਆ ਆ ਮੈਂ ਉਹੀ ਕਹਿਣਾ ਗਾ ਹੁਣ ਜਿਹੜੇ ਜਾਂਦੇ ਆ ਦੋ ਇੱਕ ਦੋ ਦਿਨਾਂ ਬਸ ਘਰ ਕਈ ਤਾਂ ਉੱਦੀ ਮੁੜੇ ਆਉਂਦੇ ਹੱਥਾਂ ਨੂੰ ਉਹ ਤਾਂ ਠੀਕ ਮੈਂ ਤਾਂ ਮੈਨੂੰ ਗੱਲ ਸੁਣੋ ਹੁਣ ਮੀਂਹ ਪੈ ਗਿਆ ਹਾਂ ਰੇ ਸਿੱਟੀ ਪਈ ਹਰੀ ਕਣਕ ਚ ਸਾਰੇ ਛਿੜਤੀ ਜਮਾਂ ਹਾਂ ਸਪਰੇਅ ਕਰਤੀ ਗੁੱਲੀ ਡੰਡੇ ਵਾਲਾ ਜਮਾਂ ਡੱਕਾ ਨਹੀਂ ਹੁੰਦਾ ਡੱਕਾ ਹੈਂ ਤੇ ਮੇਰੀ ਗੱਲ ਸੁਣ ਲੈ ਕੱਲ ਨੂੰ ਜਾਵਾਂਗੇ ਆਪਾਂ ਮੈਂ ਵੀ ਨਾਲ ਜਾਊਂਗਾ ਤੇਰੇ ਉੱਥੇ 10-20 ਦਿਨ ਲਾ ਕੇ ਆਊਂ ਉੱਥੇ ਹੁਣ ਮੈਂ ਫਰਜ਼ ਬਣਦਾ ਚੱਲ ਐ ਕਰ ਮੈਨੂੰ ਪਤਾ ਹੁਣ ਤੂੰ ਐ ਦੇਖ ਜੇ ਤੁਹਾਡੇ ਕੋਲੇ ਬਾਣ ਲਾਇਆ ਸਿਰੀ ਪਾਈ ਅਸੀਂ ਕਿਧਰ ਰਲਾਂਗੇ ਉਹ ਤਾਂ ਗੱਲ ਠੀਕ ਹੈ ਤੇਰੀ ਸਹੀ ਹੈ ਜੇ ਬਾਣ ਹੀ ਸਾਤੋਂ ਕੋਲੇ ਹਾਂ ਤਾਂ ਰਲੋਂਗੇ ਕੀ ਕੀ ਦਿਨ ਉਹ ਗੱਲ ਤੇਰੀ ਸਹੀ ਹੈ ਮੈਂ ਮੰਨਦਾ ਆਪਾਂ ਤੜਕੇ ਗੱਡੀ ਲੈ ਕੇ ਚੱਲਾਂਗੇ ਯਾਰ ਅੱਛਾ ਗੱਡੀ ਗੁੱਡੀ ਕੋਈ ਨਹੀਂ ਲੈ ਕੇ ਚੱਲਾਂਗੇ ਬੁਲਟ ਚੱਲਾਂਗੇ ਲੈ ਕੇ ਆਪਦਾ ਚੰਡਾ ਹੱਥ ਫੜਾਂਗੇ ਓਏ ਗੱਡੀ ਤੇ ਪਾਲਾ ਨਹੀਂ ਲਾਦਾ ਮੌਜਾਂ ਨਾਲ ਬਹਿ ਜਾਏ ਗੱਡੀ ਚ ਕਰਤੀ ਫਿਰ ਉਹੀ ਗੱਲ ਗੱਡੀ ਵਾਲੀ ਆਪਦਾ ਬੁਲਟ ਲੈ ਕੇ ਜਾਵਾਂਗੇ ਜਿਹੜੇ ਉੱਥੇ ਲੋਕ ਬੈਠੇ ਆ ਉਹ ਅੱਛਾ ਠੰਡ ਚ ਚੱਲ ਫਿਰ ਐਂ ਕਰ ਹੋ ਜਾ ਤਿਆਰ
ਇਹਨੂੰ ਛੱਡ ਪਰੇ ਕੋਟਾ ਹੋ ਜੂਗਾ ਚੱਲ ਫਿਰ ਆਪਾਂ 20 ਦਿਨ ਬੁਲਟ ਤੇ ਚੱਲਦੇ ਫਿਰ ਮੈਂ ਕਰਦਾ ਤਿਆਰੀ ਠੀਕ ਹੈ ਠੀਕ ਹੈ ਠੀਕ ਹੈ ਝੰਡਾ ਝੁੰਡਾ ਮੈਂ ਬੰਨਦਾ ਆਪਣੇ ਚੰਗਾ ਚੰਗਾ ਆ ਜੀ ਫਿਰ ਹੋਰ ਯਾਰ ਕਾਹਨੂੰ ਆਹੋ ਹੋ ਜਿਗਰੇ ਵਾਲੇ ਹੀ ਜਾਨ ਨੂੰ ਤਰੀ ਤਰਦੇ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜਾਰੀ ਜੰਗ ਰੱਖਿਓ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੂਸਰੀ ਗੱਲ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੀ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਇਹੀ ਸੀ ਆ ਵੀ ਜਿਹੜੇ ਨੌਜਵਾਨ ਹਲੇ ਘਰਾਂ ਵਿੱਚ ਬੈਠੇ ਨੇ ਉਹ ਬਾਹਰ ਨਿਕਲੋ ਤੇ ਧਰਨੇ ਵਿੱਚ ਸ਼ਾਮਿਲ ਹੋ ਤੇ ਅਸੀਂ ਇਸ ਵੀਡੀਓ ਨੂੰ ਕੁਝ ਅਲੱਗ ਢੰਗ ਨਾਲ ਪੇਸ਼ ਕੀਤਾ ਸੀਗਾ ਤੇ ਜੇ ਵਧੀਆ ਲੱਗਿਆ ਤਾਂ ਸਾਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਿਸੇ ਨੂੰ ਦਿਲ ਨੂੰ ਠੇਸ ਪਹੁੰਚੀ ਤੇ ਅਸੀਂ ਮਾਫ਼ੀ ਮੰਗਦੇ ਹਾਂ ਉਹ ਤੋਂ ਮਾਫ਼ੀ ਚਾਹੁੰਦੇ ਹਾਂ ਹਾਂਜੀ ਦੋਸਤੋ ਅਸੀਂ ਲਾਸਟ 'ਤੇ ਹੀ ਕਹਿਣਾ ਚਾਹੁੰਦੇ ਹਾਂ ਵੀ ਡਟੇ ਰਹੋ ਤੇ ਜਿੱਤ ਹਾਸਲ ਕਰਕੇ ਜ਼ਰੂਰ ਮੁੜਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ